ਹਾਂ ਯੂਟਿਊਬ ਤੇ ਲਾ ਦਾਂਗੇ। ਜਿਹੜਾ ਮੁੰਡਾ ਜ਼ਿਆਦਾ ਮਿਹਨਤ ਕਰਦਾ ਪਿਆ ਉਹਦਾ ਤੈਨੂੰ ਪਤਾ ਹੀ ਲੱਗਾ। ਘਰੇ ਜਾ ਕੇ ਲਾ ਲਿਆ ਠੰਡਾ ਪਾਣੀ। ਥੋੜ੍ਹਾ ਪੁੱਛਣਾ, ਅੱਛਾ ਬਾਈ ਕੰਮ ਕਰ ਰਿਹਾ ਜੇ? ਕੀ ਹਾਲਾਤ ਚੱਲ ਰਹੇ ਨੇ ਫਿਰ? ਗਰਮੀ ਗੁਰਮੀ ਫਿਰ ਵਾਹ ਲੱਗ ਰਹੀ ਹੈ ਜਿਵੇਂ। ਠੰਡਾ ਮੌਸਮ ਹੈ ਤੇ ਸਕੂਨ ਚ। ਅੱਛਾ ਵਾਹ ਜੀ ਵਾਹ, ਖਾ ਖਾ ਗੋਸ਼ ਤੇ ਨਿੱਗੇ ਹੋਏ ਪਏ ਆ। ਸਹੀ, ਗਰਮੀ ਤਾਂ ਹੈ ਹੀ ਨਹੀਂ। ਗਰਮੀ ਦੇਖ ਲਓ ਜੀ, ਇਹਨਾਂ ਨੂੰ ਧੁੱਪੇ ਕੰਮ ਕਰ ਰਹੇ ਨੇ। ਸਾਡਾ ਅੰਦਰ ਪੱਟ ਕੇ ਵੇਖੋ ਜਿਵੇਂ ਫ੍ਰਿਜ ਚ ਲੱਗਾ ਹੁੰਦਾ। ਆ 40 ਟੈਂਪਰੇਚਰ ਹੈ ਮੌਸਮ, ਤੁਸੀਂ ਅਗਰ ਚੈੱਕ ਕਰੋ ਬਹੁਤ ਗਰਮੀ ਹੈ ਤੇ ਬਾਈ ਗਰਮੀ ਦਸਾਂ 12 ਤੋਂ ਥਾਂ ਜਾਂਦੀ ਨਹੀਂ ਪਈ। ਅੱਛਾ ਸਹੀ, ਦੇਖੋ ਬਾਈ ਮਿਹਨਤ ਕਰ ਰਹੇ ਨੇ। ਕੀ ਆ ਦੀ ਇੰਨੀ ਗਰਮੀ ਤੇ ਇਹਨਾਂ ਦੇ ਜਾਨਵਰ ਨੇ ਯਾਰ, ਇੱਥੋਂ ਜਾ ਕੇ ਘੋੜਾ ਹੈ ਕੰਮ ਲੱਭ ਕੇ ਧੱਕੇ ਖਾਣੇ ਨੇ ਭੋਲਿਆ। ਇਹ ਨਹੀਂ ਚੰਗਾ ਲੱਭਿਆ ਲਭਾਇਆ। ਇੱਟਾਂ ਤੁਸੀਂ ਦੇਖ ਲਓ ਕਿਵੇਂ ਜੋੜ ਰਹੇ ਨੇ, ਮਿਹਨਤ ਨਾਲ ਜੋੜ ਰਹੇ ਨੇ ਇੱਟਾਂ ਤੇ ਕਿੰਨੀ ਕਿੰਨੀ ਖੂਬਸੂਰਤੀ ਨਾਲ, ਕਿੰਨੀ ਸਫਾਈ ਹੈ ਨਾਲੇ। ਠੰਡੇ ਮਹੀਨੇ ਨੇ ਹਾੜ ਤੇ ਜੇਠ ਤੇ ਸਾਵਣ ਤੇ ਭਾਦਰੋਂ, ਆਹਾ ਤੇ ਗਰਮੀ ਫਿਰ ਨਵੰਬਰ ਦਸੰਬਰ ਵਿੱਚ ਅੱਥੋਂ ਕੱਤੇ ਨੂੰ ਹੁੰਦੀ ਗਰਮੀ ਸ਼ੁਰੂ। ਸਹੀ, ਇਹ ਅਗਲੇ ਇਹ ਸਾਵਣ ਭਾਦਰੋਂ, ਇਹ ਦੇਖੋ ਬਾਹਰੋਂ ਲੈ ਤੇ ਆ ਰਹੇ ਨੇ ਤੇ ਇਸ ਤਰ੍ਹਾਂ ਜੋੜ ਰਹੇ ਨੇ। ਇਹ ਬਹੁਤ ਬੜਾ ਕਾਫੀ ਬੜਾ ਹੈ ਭੱਟਾ ਹੈ ਇੱਟਾਂ ਦਾ। ਦੀਵਾਰਾਂ ਦਾ ਵੀ ਬਹੁਤ ਖਤਰਾ। ਹਾਂ ਦੀਵਾਰਾਂ ਦਾ ਵੇਖ ਲਓ, ਬੱਟਾ ਲੱਗਿਆ ਵਾ ਜਿੱਥੇ ਪਿੱਛੇ ਪਾਵੇ ਬਣ ਰਿਹਾ ਸੀ, ਹੁਣ ਦੇਖੋ ਛਾਪਰ ਵਿੱਚ ਚਾਹ ਬਣਾਉਂਦੇ ਨੇ। ਇਹ ਹੁਣ ਬਾਈ ਚਾਹ ਪੀਵਣ ਲੱਗੇ ਨੇ, ਇੱਟਾਂ ਲੈ ਤੇ ਆਏ ਨੇ। 60 ਰੁਪਏ ਦੀ ਇਹ ਦੁਹਰਾ ਫਰੈਸ਼ ਚਾਹ ਬਣਾਈ ਹੈ, ਬਿਲਕੁਲ ਗਰਮ ਹੈ, ਗਰਮ ਚਾਹ ਹਾਲੇ ਵੀ ਤੇ ਨਾ ਬੱਟੇ 'ਤੇ ਬਣਾਈਏ, ਕੋਈ ਇੱਥੇ ਡਿਗਚੇ ਦਾ ਇਸਤੇਮਾਲ ਨਹੀਂ।